वेलकम बैक मैं मनवीर कौर आज दी वीडियो पंजाब ਨਾਲ ਜੁੜੇ ਹੋਏ ਬੇਹਦ ਇੰਪੋਰਟੈਂਟ ਟਾਪਿਕ ਤੇ ਜਿਹੜਾ ਇਸ਼ੂ ਲਗਭਗ 2 ਸਾਲਾਂ ਤੋਂ ਹੀ ਪੰਜਾਬ ਦੇ ਵੱਡਾ ਮੈਟਾ ਨੈਰੇਟਿਵ ਜੋ ਹੈ ਪੰਜਾਬ ਦੇ ਡਿਸਕੋਰਸ ਨੂੰ ਉਹਦੇ ਤੇ ਲੀਡ ਕਰਦਾ ਆ ਰਿਹਾ ਸੀ ਉਹਦੇ ਤੇ ਇੱਕ ਵੱਡਾ ਮੁੱਦਾ ਬਣਿਆ ਹੋਇਆ ਸੀ ਵਾਰਿਸ ਪੰਜਾਬ ਦੇ ਜਥੇਬੰਦੀ ਅਮਰਿਤਪਾਲ ਸਿੰਘ ਐਂਡ ਉਹਦੇ ਨਾਲ 9 ਹੋਰ ਸਾਥੀਆਂ ਦਾ NSA ਦੇ ਤਹਿਤ ਦਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚ ਜਿਹੜਾ ਉਹਨਾਂ ਤੇ ਐਨਐਸਏ ਲਗਾ ਕੇ ਉਹਨਾਂ ਨੂੰ ਉੱਥੇ ਭੇਜਿਆ ਜਾਂਦਾ ਹੈ ਐਨਐਸਸੀ ਐਕਸਟੈਂਡ ਕਰ ਦਿੱਤਾ ਗਿਆ 1 ਸਾਲ ਦੇ ਲਈ ਹੋਰ ਮਤਲਬ 2025 ਤੱਕ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਇਹ ਐਨਐਸਏ ਜਿਹੜਾ ਲੱਗਾ ਹੈ ਇਹਦੇ ਪਿੱਛੇ ਕਿਹੜਾ ਆਧਾਰ ਬਣਾਇਆ ਗਿਆ ਹੈਗਾ ਜਾਂ ਪੋਸਿਬਲੀ ਕਿਹੜਾ ਆਧਾਰ ਹੋ ਸਕਦਾ ਜਿਹਦੇ ਤੇ ਨੈਸ਼ਨਲ ਸਿਕਿਉਰਿਟੀ ਐਕਟ ਵਰਗੇ ਜਿਹਨੂੰ ਡ੍ਰੈਕੋਨੀਅਨ ਲਾਅ ਆਪਾਂ ਕਹਿ ਸਕਦੇ ਹਾਂ ਉਹ ਲਾਅ ਜਿਹੜੇ ਆ ਉਹਦੇ ਵਿੱਚ ਉਹਨਾਂ ਕਾਨੂੰਨਾਂ ਦੇ ਤਹਿਤ ਦਿਬਰੂਗੜ ਜੇਲ੍ਹ ਦੇ ਵਿੱਚ ਇਹ ਵਾਲਿਸ ਪੰਜਾਬ ਦੀ ਜਥੇਬੰਦੀ ਦੇ 10 ਕਾਰਕੂਨ ਜਿਹੜੇ ਨੇ ਉਹ ਉੱਥੇ ਉੱਥੇ ਬੈਠੇ ਨੇ 2023 ਤੋਂ April 2023 ਚ ਸਭ ਤੋਂ ਲਾਸਟ ਦੇ ਵਿੱਚ ਅਮਰਿਤਪਾਲ ਸਿੰਘ ਅਰੈਸਟ ਹੁੰਦਾ ਅਰੈਸਟ ਸੀ ਜਾਂ ਸਰੈਂਡਰ ਸੀ ਇਹਦੇ ਉੱਤੇ ਇੱਕ ਅਲੱਗ ਦੁਬਿਦਾ ਹੈਗੀ ਆ ਪਰ April 2023 ਤੋਂ ਇਹ ਜਿਹੜਾ NSA ਹੈ ਇਹਨੂੰ ਵਧਾ ਕੇ April 2024 ਤੱਕ ਕੀਤਾ ਜਾਂਦਾ ਔਰ ਉਸ ਤੋਂ ਬਾਅਦ 3 ਮਹੀਨਿਆਂ ਦੀ ਹੋਰ ਇੱਕ ਐਕਸਟੈਂਸ਼ਨ ਦੇ ਕੇ 24 ਜੁਲਾਈ 2024 ਤੱਕ NSA ਦੀ ਪੂਰੀ ਜਿਹੜੀ ਮਿਆਦ ਸੀ ਹਜੇ ਪਈ ਸੀ 24 ਜੁਲਾਈ ਤੋਂ ਪਹਿਲਾਂ ਹੀ ਪੰਜਾਬ ਸਰਕਾਰ ਵੱਲੋਂ ਪ੍ਰोसीਡਿੰਗਸ ਜਿਹੜੀਆਂ ਨੇ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਚੋਣਾਂ ਦੇ ਨਤੀਜੇ ਆਉਣ ਤੋਂ ਇੱਕ ਦਿਨ ਪਹਿਲਾਂ ਮਤਲਬ ਕਿ 3 ਜੂਨ ਨੂੰ ਹੀ NSA ਨੂੰ 1 ਸਾਲ ਤੱਕ ਹੋਰ ਵਧਾਉਣ ਦੀਆਂ ਪ੍ਰोसीਡਿੰਗ ਸ਼ੁਰੂ ਕਰ ਦਿੱਤੀਆਂ ਗਈਆਂ ਸੀ ਔਰ ਉਹਦੇ ਤੇ ਹੀ ਹੁਣ NSA ਜਿਹੜਾ ਹੈ ਉਹ 1 ਸਾਲ ਦੇ ਲਈ ਹੋਰ ਵੱਧ ਚੁੱਕਾ ਹੈ ਚੋਣਾਂ ਤੋਂ ਇੱਕ ਦਿਨ ਪਹਿਲਾਂ ਜਿਹੜੀ ਇਹ ਪ੍ਰोसीडिंग ਸ਼ੁਰੂ ਕੀਤੀਆਂ ਗਈਆਂ ਉਦੋਂ ਤੱਕ ਅਮਰਿਤਪਾਲ ਸਿੰਘ ਐਮਪੀ ਨਹੀਂ ਸੀ ਐਂਡ ਵੈਰੀ ਨੈਕਸਟ ਡੇ ਸ਼ਿਰੀ ਖਡੂਰ ਸਾਹਿਬ ਤੋਂ ਲਗਭਗ 2 ਲੱਖ ਵੋਟਾਂ ਦੀ ਲੀਡ ਦੇ ਨਾਲ ਅਮਰਿਤਪਾਲ ਸਿੰਘ ਜੇਤੂ ਨੇ ਹਜੇ ਤੱਕ ਸੌ ਨਹੀਂ ਚੱਕੀ ਐਜ਼ ਅ ਮੈਂਬਰ ਆਫ ਪਾਰਲੀਮੈਂਟ ਪਰ ਉਹ ਵੱਡੇ ਮਾਰਜਿਨ ਦੇ ਨਾਲ ਉਥੋਂ ਜਿੱਤੇ ਹੋਏ ਨੇ ਪਰ ਹੁਣ ਐਨਐਸਸੀ ਜਿਹੜਾ ਹੈ ਉਹ 1 ਸਾਲ ਦੇ ਲਈ ਹੋਰ ਵੱਚ ਚੁੱਕਾ ਹੈ ਮੈਂ ਇੱਕ ਵੀਡੀਓ ਬਣਾਈ ਸੀ just month back ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਕਿ ਅਮਰਿਤਪਾਲ ਸਿੰਘ ਨੂੰ ਲੈ ਕੇ ਐਡੀ ਕਨਫਿਊਜ਼ਨ ਕਿਉਂ ਹੈਗੀ ਕਿਉਂਕਿ ਕਟਨਾਵਾ ਬਹੁਤ țeji ਨਾਲ ਵਾਪਰੀਆਂ ਉਸ ਵੀਡੀਓ ਦੇ ਵਿੱਚ ਮੈਂ ਇੱਕ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਮੈਂ ਇੱਕ ਵੀਡੀਓ ਲੈ ਕੇ ਆਵਾਂਗੀ ਤੁਹਾਡੇ ਸਾਹਮਣੇ ਇੱਕ ਰਿਪੋਰਟ ਲੈ ਕੇ ਆਵਾਂਗੀ ਜਿਹਦੇ ਵਿੱਚ ਗੱਲ ਕਰਾਂਗੇ ਕਿ ਇਹ ਜਿਹੜਾ NSC ਲਾਇਆ ਇਹਦੇ ਪਿੱਛੇ ਪੋਸੀਬਲੀ ਕੀ ਆਧਾਰ ਸਰਕਾਰ ਵੱਲੋਂ ਬਣਾਇਆ ਗਿਆ ਹੈਗਾ ਜਿਹਦੇ ਤੇ NSA ਵਰਗੇ ਕਾਨੂੰਨ ਜਿਹੜੇ ਆ ਉਹ ਲਗਾਏ ਗਏ ਨੇ ਜਿਹੜੇ ਕਿ ਬਹੁਤ ਸਖਤ ਕਾਨੂੰਨ ਆਪਣੇ ਆਪ ਦੇ ਵਿੱਚ ਹੀ ਨੇ ਉਸ ਤੋਂ ਬਾਅਦ ਮੈਂ ਇੱਕ ਵਾਰ ਤਾਂ ਇਸ ਵੀਡੀਓ ਨੂੰ ਬਣਾਉਣਾ ਕੰਪਲੀਟਲੀ ਡਿਲੇ ਕਰ ਚੁੱਕੀ ਸੀ ਔਰ ਆਪਣੇ ਵੱਲੋਂ ਮੈਨੂੰ ਲੱਗਾ ਸੀ ਕਿ ਇਹਦੀ ਜ਼ਰੂਰਤ ਨਹੀਂ ਹੈ ਉਹਦਾ ਕਾਰਨ ਇਹ ਸੀ ਕਿ ਪੰਜਾਬ ਦੇ ਇੱਕ ਬਹੁਤ ਸਿਆਣੇ ਵਕੀਲ ਨੇ ਸਮਝਦਾਰ ਵਕੀਲ ਨੇ ਉਹਨਾਂ ਦਾ ਬਹੁਤ ਵੱਡਾ ਅਨੁਭਵ ਹੈ ਤਜਰਬਾ ਹੈ ਉਹਨਾਂ ਵੱਲੋਂ ਮੈਨੂੰ ਇਹ ਕਿਹਾ ਗਿਆ ਸੀਗਾ ਕਿ ਉਹਨਾਂ ਵੱਲੋਂ ਜੋ ਉਹਨਾਂ ਦੇ ਤਜਰਬੇ ਦੇ ਵਿੱਚੋਂ ਮੈਨੂੰ ਗੱਲ ਸਮਝ ਆਈ ਉਹਨਾਂ ਨਾਲ ਗੱਲ ਕਰਦੇ ਹੋਏ ਕਿ ਜਿਹੜਾ ਐਨਐਸਸੀ ਹੈ ਇਹ ਹੋ ਸਕਦਾ ਅਮਰਿਤਪਾਲ ਸਿੰਘ ਤੇ ਬਾਕੀ ਸਾਥੀਆਂ ਤੇ ਇਹ ਨਾ ਬਧਾਇਆ ਜਾਵੇ ਜਦੋਂ ਉਹ ਆਪਣੇ ਤਜਰਬੇ ਚ ਉਹ ਕਹਿੰਦੇ ਨੇ ਕਿ ਕੋਈ ਇਹੋ ਜਿਹਾ ਸਬੂਤ ਨਹੀਂ ਹੈ ਕੋਈ ਇਹੋ ਜਿਹਾ ਸੀਨ ਨਹੀਂ ਹੈਗਾ ਜਿਹਦੇ ਚੋਂ ਨੈਸ਼ਨਲ ਸਿਕਿਉਰਿਟੀ ਨੂੰ ਖਤਰਾ ਬਣ ਸਕਣੇ ਮੁੰਡੇ ਸੋ ਲੱਗਦਾ ਹੈ ਕਿ ਐਨਐਸਏ ਐਕਸਟੈਂਡ ਨਹੀਂ ਕੀਤਾ ਜਾਊਗਾ ਪਰ ਹੁਣ ਹੋਇਆ ਕੀ ਹੈ ਕਿ ਉਸ ਤੋਂ ਬਿਲਕੁਲ ਵਿਪਰੀਤ ਵਾਪਰਿਆ ਹੈ ਜਿਹਦੇ ਕਰਕੇ ਹੀ ਆਪਾਂ ਇਹ ਗੱਲ ਅੱਜ ਕਰ ਰਹੇ ਹੈਗੇ ਆ ਅਮਰਿਤਪਾਲ ਸਿੰਘ ਤੇ ਐਨਐਸਏ ਐਨਐਸਏ ਦੀ ਜਿਹੜੀ ਇਸ ਵਾਰੀ ਐਕਸਟੈਂਸ਼ਨ ਦਿੱਤੀ ਗਈ ਹੈ ਜਿਹੜੇ 3 ਜੂਨ ਤੋਂ ਹੀ ਪ੍ਰੋਸੈਸ ਸਟਾਰਟ ਕਰ ਦਿੱਤਾ 2025 ਤੱਕ ਦਾ ਇਹਦੇ ਫਰੈਸ਼ ਗਰਾਉਂਡਸ ਕੀ ਬਣਾਏ ਗਏ ਨੇ ਉਹਦੀ ਰਿਪੋਰਟ ਹਜੇ ਆਪਣੇ ਕੋਲ ਨਹੀਂ ਆ ਪਰ ਜਿਹੜੇ ਪਹਿਲਾਂ ਐਨਐਸਏ ਲੱਗ ਚੁੱਕੇ ਨੇ 2023 ਤੋਂ 2024 ਐਂਡ 24 ਤੋਂ ਵੀ ਫਿਰ ਆ ਕੇ 3 ਮਹੀਨਿਆਂ ਦੀ ਹੋਰ ਐਕਸਟੈਂਸ਼ਨ ਜਿਹੜੀ ਹੈ ਇਹਦੇ ਵਿੱਚ ਕੀ ਪੋਸੀਬਲ ਆਧਾਰ ਆ ਕਿਹੜੇ ਫੈਕਟਰਸ ਨੇ ਪੋਸੀਬਲ ਜਿਹੜੇ ਕੰਸੀਡਰ ਕੀਤੇ ਜਾਂਦੇ ਨੇ ਔਰ ਇਹਨਾਂ ਨੂੰ ਬਹੁਤ ਵੱਡਾ ਬਣਾ ਕੇ ਇੱਕ ਤਰ੍ਹਾਂ ਦਾ ਵੇਖਿਆ ਜਾਂਦਾ ਹੈ ਪੰਜਾਬ ਦੇ ਵਿੱਚ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਜਿਸ ਤਰ੍ਹਾਂ ਗ੍ਰਿਫਤਾਰ ਕੀਤਾ ਗਿਆ ਔਰ ਜਿਸ ਤਰ੍ਹਾਂ ਅਜਨਾਲਾ ਪੁਲਿਸ ਸਟੇਸ਼ਨ ਦੀ ਘਟਨਾ ਵਾਪਰਦੀ ਹੈ ਪੰਜਾਬ ਚ ਨੈਰੇਟਿਵ ਮੇਨ ਅਜਨਾਲਾ ਪੁਲਿਸ ਸਟੇਸ਼ਨ ਤੱਕ ਹੀ ਲਿミਟਡ ਹੈ ਪਰ ਜਦੋਂ ਆਪਾਂ ਪੰਜਾਬ ਤੋਂ ਬਾਹਰ ਨੈਸ਼ਨਲ ਮੀਡੀਆ ਦੀ ਕਵਰੇਜ ਦੇਖਦੇ ਆਂ ਅਖਬਾਰਾਂ ਦੇ ਵਿੱਚ ਛਪੇ ਹੋਏ ਐਡੀਟੋਰੀਅਲਸ ਦੇਖਦੇ ਆਂ ਤਾਂ ਨੈਰੇਟਿਵ ਕੰਪਲੀਟਲੀ ਸੈਪਰੇਟਿਸਟ ਖਾਲਿਸਤਾਨੀ ਦਿਖਾਉਣ ਦਾ ਹੀ ਵੱਡੇ ਲੈਵਲ ਤੇ ਚੱਲਦਾ ਹੈ ਤੇ ਇਹੀ ਚੀਜ਼ ਨੂੰ ਅੱਗੇ ਕੀਤਾ ਗਿਆ ਉਸ ਸਮੇਂ ਵੀ ਕੀ ਪੰਜਾਬ ਇੱਕ ਬਹੁਤ ਡਿਸਟਰਬਡ ਸਟੇਟ ਹੈ ਉਹਦੇ ਵਿੱਚ ਦੁਬਾਰਾ ਤੋਂ ਜਿਹੜਾ ਜਿਹੜਾ ਸ਼ੈਡੋ ਆਫ ਖਾਲਿਸਤਾਨ ਹੈ ਜਾਂ ਗੋਸਟ ਆਫ ਖਾਲਿਸਤਾਨ ਹੈ ਜਾਂ ਗੋਸਟ ਆਫ 1980ਸ ਹੈ 1980 ਵਾਲਾ ਮਾਹੌਲ ਦੁਬਾਰਾ ਤੋਂ ਪੈਦਾ ਹੋ ਚੁੱਕਾ ਹੈ ਤੇ ਇਹਦੇ ਵਿੱਚੋਂ ਐਨਐਸਏ ਇੱਕ ਇਸ ਤਰ੍ਹਾਂ ਦਾ ਕਦਮ ਸਰਕਾਰ ਵੱਲੋਂ ਚੱਕਿਆ ਗਿਆ ਸੀ ਕਿ ਪੰਜਾਬ 'ਚ ਅਸੀਂ ਹਾਲਾਤ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਪਰ ਜਦੋਂ ਆਪਾਂ ਪੰਜਾਬ ਦੇ ਪੁਆਇੰਟ ਤੋਂ ਦੇਖਦੇ ਆ ਤਾਂ ਪੰਜਾਬ 'ਚ ਵੱਡਾ ਕੇਸ ਅਜਨਾਲਾ ਪੁਲਿਸ ਸਟੇਸ਼ਨ ਦੀ ਉਹ ਘਟਨਾ ਸੀ ਜਿਹਦੇ ਵਿੱਚ ਉਸ ਥਾਣੇ ਦੇ ਵਿੱਚ ਜਾ ਕੇ ਅਮਰਿਤਪਾਲ ਸਿੰਘ ਐਂਡ ਬਹੁਤ ਵੱਡੀ ਵਹੀਰ ਲੈ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਲੈ ਕੇ ਆਲਾ ਪੂਰਾ ਸਿਨੈਰੀਓ ਆਪਾਂ ਇਸ ਤੇ ਵੀ ਗੱਲ ਕਰਦੇ ਹਾਂ ਉਸ ਤੋਂ ਪਹਿਲਾਂ ਕੁਝ ਪੁਆਇੰਟ ਨੇ ਇਸ ਐਨਐਸਏ ਦੇ ਪਿੱਛੇ ਕਿਹੜੇ ਆਧਾਰ ਕਿਹੜੇ ਲੌਜੀਕ ਬਣਾ ਕੇ ਜਿਹੜੇ ਦਿੱਤੇ ਗਏ ਨੇ ਪੋਸੀਬਲ ਹੋ ਸਕਦੇ ਨੇ ਜਿਹੜੇ ਮੈਟਰ ਕਰਦੇ ਆ ਨੈਸ਼ਨਲ ਸਿਕਿਉਰਿਟੀ ਐਕਟ ਵਾਲੀਆਂ ਧਰਾਵਾਂ ਦੇ ਵਿੱਚ ਇਹ ਵਾਲੇ ਜਿਹੜੇ ਪੋਸੀਬਲ ਆਧਾਰ ਨੇ ਇਹ ਕਿੰਨੇ ਕੁ ਜਾਇਜ਼ ਨੇ ਕਿੰਨੇ ਕੁ ਨਹੀਂ ਜਾਇਜ਼ ਇਹਦਾ ਇਹਦਾ ਫੈਸਲਾ ਲਾਅ ਐਂਡ ਆਰਡਰ ਕਾਨੂੰਨ ਵਾਲੇ ਜਿਹੜੇ ਕਾਨੂੰਨ ਐਂਡ ਕਾਨੂੰਨ ਦੇ ਰਖਵਾਲੇ ਨੇ ਉਹਨਾਂ ਦੇ ਉੱਤੇ ਨਿਰਭਰ ਕਰਦਾ ਹੈ ਕਿਉਂ ਕਿਵੇਂ ਇਹਨੂੰ ਪ੍ਰੂਫ ਕਰ ਸਕਣਗੇ ਲੇਕਿਨ ਹਜੇ ਤੱਕ ਕੋਈ ਵੀ ਟ੍ਰਾਇਲ ਕਿਸੇ ਤਰ੍ਹਾਂ ਦਾ ਵੀ ਐਨਐਸਏ ਦੇ ਉੱਤੇ ਚੱਲਿਆ ਹੀ ਨਹੀਂ ਹੈਗਾ ਯਾ ਆਡੀਅנס ਦੇ ਲਈ ਮੈਂ ਹੀ ਕਹਾਂਗੀ ਕਿ ਤੁਸੀਂ ਤੈਅ ਕਰ ਸਕਦੇ ਹੋ ਕਿ ਇਹ ਕਿਹੋ ਜਿਹਾ ਹੈ ਜਾਂ ਕਿਹੜੇ ਪੈਮਾਨੇ ਨੇ ਇਹਨਾਂ ਦਾ ਕਿੱਡਾ ਕੁ ਵੱਡਾ ਕੋਈ ਇੰਪੈਕਟ ਹੈਗਾ ਆ ਲੇਕਿਨ ਮੈਂ ਇਹ ਵੀਡੀਓ ਦੇ ਵਿੱਚ ਕੇਵਲ ਔਰ ਕੇਵਲ ਪੋਸੀਬਲ ਜੋ ਆਧਾਰ ਬਣ ਸਕਦੇ ਨੇ ਐਨਐਸਏ ਦੇ ਮੈਂ ਉਹੀ ਐਜ਼ ਅ ਫੈਕਟ ਤੁਹਾਡੇ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਹੀ ਹੈ ਅਮਰਿਤਪਾਲ ਸਿੰਘ ਐਂਡ ਉਹਦੇ ਸਾਥੀਆਂ ਦੇ ਉੱਤੇ ਫੈਬਰੂਰੀ ਇਸੇ ਸਾਲ ਫੈਬਰੂਰੀ 2024 ਦੇ ਵਿੱਚ ਜਦੋਂ ਉਹਨਾਂ ਦਾ ਐਨਐਸਏ ਆਲਮੋਸਟ ਅਪ੍ਰੈਲ ਦੇ ਵਿੱਚ ਖਤਮ ਹੋਣ ਵਾਲਾ ਹੀ ਸੀ ਉਸ ਸਮੇਂ ਇੱਕ ਨਵਾਂ ਕੇਸ ਬਣਦਾ ਉਹ ਕੇਸ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਕਿ ਮੋਬਾਈਲ ਫੋਨਸ ਰਿਕਵਰ ਹੋਏ ਨੇ ਐਂਡ ਹੋਰ ਅਦਰ ਸਮਾਰਟ ਵਾਚੇਸ ਐਂਡ ਡਿਵਾਈਸੇਸ ਜਿਹੜੇ ਨੇ ਉਹ ਰਿਕਵਰ ਹੋਏ ਨੇ ਤਾਂ ਇੱਕ ਪ੍ਰੋਪਰ ਜਿਹੜਾ ਐਫ ਆਈ ਆਰ ਹੈ ਉਹ ਦਰਜ ਕੀਤੀ ਜਾਂਦੀ ਆ ਬਕਾਇਦਾ ਤੌਰ ਤੇ ਜੇਲ ਸੁਪਰੀਟੈਂਡੈਂਟ ਤੇ ਯੂ ਐ ਪੀ ਲਗਾ ਕੇ ਉਹਨੂੰ ਅਰੈਸਟ ਕੀਤਾ ਜਾਂਦਾ ਤੇ ਦਿਖਾਇਆ ਜਾਂਦਾ ਕਿ ਇਹਨਾਂ ਦੇ ਨਾਲ ਮਿਲ ਕੇ ਇਹ ਜਿਹੜੇ ਫੋਨਸ ਆ ਡਿਵਾਈਸੇਸ ਆ ਇਹ ਪ੍ਰੋਵਾਈਡ ਕਰ ਰਿਆ ਸੀ ਇਹ ਇੱਕ ਬਹੁਤ ਵੱਡਾ ਆਧਾਰ ਸੀ ਔਰ ਉਸ ਸਮੇਂ ਇਹ ਜਿਹੜੇ ਅੰਮ੍ਰਿਤਪਾਲ ਸਿੰਘ ਦੀ ਫੈਮਲੀ ਜਾਂ ਜਿਹੜੇ ਬਾਕੀ ਸਿੰਘ ਸੀ ਉਹਨਾਂ ਦੀ ਫੈਮਲੀਆਂ ਜਿਸ ਤਰ੍ਹਾਂ ਪ੍ਰੋਟੈਸਟ ਕਰ ਰਹੀਆਂ ਸੀ ਉਹਨਾਂ ਦਾ ਵੀ ਇਹੀ ਵਾਰ-ਵਾਰ ਕਹਿਣਾ ਸੀਗਾ ਕਿ ਇਹ ਜਿਹੜਾ ਕੇਸ ਹੈ ਇਸ ਕਰਕੇ ਬਣਾਇਆ ਜਾ ਰਿਹਾ ਤਾਂ ਕਿ ਐਨਐਸਏ ਨੂੰ ਹੋਰ ਜ਼ਿਆਦਾ ਐਕਸਟੈਂਡ ਕੀਤਾ ਜਾ ਸਕੇ ਇਸ ਸਮੇ ਇਹ ਗੱਲ ਨੂੰ ਕਹਿਣ ਦੇ ਵਿੱਚ ਕੋਈ ਮੇਰੇ ਸਾਬ ਨਾਲ ਦੂਰ ਆਏ ਨਹੀਂ ਹੈਗੀ ਕਿ ਨੈਸ਼ਨਲ ਸਿਕਿਉਰਿਟੀ ਐਕਟ ਨੂੰ 1 ਸਾਲ ਦੇ ਲਈ ਉਹਦੇ ਵਿੱਚ ਹੋਰ ਉਹਨਾਂ ਨੂੰ ਉੱਥੇ ਦਿਬਰੂਗੜ ਰੱਖਣਾ ਨਜ਼ਰਬੰਦ ਰੱਖਣਾ ਉਹ ਇੱਕ ਸਾਲੀ ਐਕਸਟੈਂਡ ਹੋਣ ਪਿੱਛੇ ਇਹ ਜਿਹੜਾ ਕੇਸ ਹੈ ਜਿੱਥੇ ਮੋਬਾਈਲ ਡਿਵਾਈਸਸ ਰਿਕਵਰ ਹੁੰਦੇ ਨੇ ਇਹਨੂੰ ਬਹੁਤ ਵੱਡੇ ਲੈਵਲ ਤੇ ਇੱਕ ਬੜਾ ਸਟਰੋਂਗ ਮਜ਼ਬੂਤ ਆਧਾਰ ਬਣਾਇਆ ਗਿਆ ਹੋ ਸਕਦਾ ਹੈ ਐਨਐਸਏ ਵਰਗੇ ਕਾਨੂੰਨ ਉਦੋਂ ਹੀ ਲਾਏ ਜਾਂਦੇ ਨੇ ਜਿੱਥੇ ਬੜਾ ਕਲੀਸ਼ ਇੱਕ ਚੀਜ਼ ਹੈ ਕਿ ਸਮਾਜ ਨੂੰ ਲੋਕਾਂ ਨੂੰ ਸਟੇਟ ਨੂੰ ਕਿਸੇ ਤਰ੍ਹਾਂ ਦਾ ਖਤਰਾ ਜਿੱਥੇ ਪੈਦਾ ਹੋ ਸਕਦਾ ਸੋ ਇਹਨੂੰ ਵੀ ਆਪਾਂ ਦੇਖਦੇ ਹਾਂ ਜਿਵੇਂ ਅੱਜ ਪੰਜਾਬ ਦੇ ਵਿੱਚ ਵੀ ਨਸ਼ਿਆਂ ਦੀ ਗੱਲ ਆਉਂਦੀ ਹੈ ਤਾਂ ਇਹਦੇ ਵਿੱਚ ਵੱਡਾ ਐਂਗਲ ਇਹੀ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜਿਹੜਾ ਗਵਾਂਡੀ ਮੁਲਖ ਹੈ ਉੱਥੋਂ ਹੀ ਨਸ਼ੇ ਆ ਰਹੇ ਨੇ ਤੇ ਗਵਾਂਡੀ ਮੁਲਖ ਵੱਲੋਂ ਹੀ ਨਾਰਕੋ টেরਰਿਜ਼ਮ ਐਂਡ ਇਹ ਜਿਹੜੀਆਂ ਚੀਜ਼ਾਂ ਹੈ ਇਹਨਾਂ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਸੋ ਮੋਬਾਈਲ ਫੋਨਸ ਦਾ ਰਿਕਵਰ ਹੋਣਾ ਐਂਡ ਉਹਦੇ ਤੇ ਫਿਰ ਕੋਈ ਵੀ ਤਰ੍ਹਾਂ ਦੀ ਅਗਲੀ ਗੱਲਬਾਤ ਜੋ ਸਾਡੇ ਸਾਹਮਣੇ ਡਾਟਾ ਇਨਫ ਨਹੀਂ ਹੈਗਾ ਉਹਨੂੰ ਕਿਸੇ ਵੀ ਲੈਵਲ ਦੇ ਉੱਤੇ ਵਿਦੇਸ਼ਾਂ 'ਚ ਬੈਠੀਆਂ ਜਥੇਬੰਦੀਆਂ ਨਾਲ ਜਾਂ ਕਿਸੇ ਫੋਰਨ ਕੰਟਰੀ ਦੇ ਵਿੱਚ ਬੈਠੀਆਂ ਜਥੇਬੰਦੀਆਂ ਨਾਲ ਜੋੜ ਕੇ ਇੱਕ ਆਧਾਰ ਕ੍ਰੀਏਟ ਕੀਤਾ ਗਿਆ ਹੋ ਸਕਦਾ ਹੈ ਅਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਜਿਸ ਤਰ੍ਹਾਂ ਜੇਲ੍ਹ ਦੇ ਵਿੱਚ ਬੰਦ ਹੁੰਦੇ ਹੋਏ ਜਿਹੜਾ ਜੇਲ੍ਹ ਫੈਸਿਲਿਟੀ ਦਾ ਫੋਨ ਹੈ ਉਸ ਫੋਨ ਤੋਂ ਜਿਸ ਤਰ੍ਹਾਂ ਆਪਣੇ ਪੇਰੈਂਟਸ ਦੇ ਨਾਲ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਸੰਪਰਕ ਸਾਧਿਆ ਸੀ ਐਂਡ ਉਹਦੇ ਵਿੱਚ ਕਈ ਗੱਲਾਂ ਕੀਤੀਆਂ ਗਈਆਂ ਸੀ ਇਹ ਸਾਰੀ ਕਟਨਾਕਰਮ ਜਦੋਂ ਮੋਬਾਈਲ ਫੋਨ ਐਂਡ ਡਿਵਾਈਸਸ ਬਰਾਮਦ ਹੁੰਦੇ ਨੇ ਉਸ ਤੋਂ ਬਾਅਦ ਦਾ ਹੈਗਾ ਤਾਂ ਉਹਦੇ ਵਿੱਚ ਜਿਹੜਾ ਮਿਸਯੂਜ਼ ਆਫ ਜੇਲ ਫੈਸਿਲਿਟੀ ਦਾ ਫੋਨ ਹੈਗਾ ਉਹ ਵੀ ਇੱਕ ਵੱਡਾ ਰੀਜ਼ਨ ਪੋਸੀਬਲੀ ਇਸ ਡਿਟੈਂਸ਼ਨ ਦੇ ਪਿੱਛੇ ਹੋ ਸਕਦਾ ਹੈਗਾ ਐਂਡ ਪਲੱਸ ਉਹਦੇ ਵਿੱਚ ਜਿਹੜੀ ਆਡੀਓਜ਼ ਉਹਨਾਂ ਦੀਆਂ ਲੀਕ ਹੋਈਆਂ ਆਡੀਓਜ਼ ਜਿਹੜੀਆਂ ਬਾਹਰ ਕੱਢੀਆਂ ਗਈਆਂ ਉਹਨਾਂ ਦੇ ਜਿਸ ਵੀ ਮੀਡੀਅਮ ਚੋਂ ਆਈਆਂ ਉਹਦੇ ਵਿੱਚ ਵਾਰ-ਵਾਰ ਇਹੀ ਗੱਲ ਕਹੀ ਜਾਂਦੀ ਸੀ ਕਿ ਪੱਤਰਕਾਰਾਂ ਨਾਲ ਸੰਪਰਕ ਕਰੋ ਕਰੋ ਬੀਬੀਸੀ ਵਾਲਿਆਂ ਨਾਲ ਗੱਲ ਕਰੋ ਧਰਨੇ ਲਾਓ ਸਾਡੇ ਹੱਕ 'ਚ ਗੱਲ ਕਰੋ ਜਿਹੜੀ ਇਹ ਚੀਜ਼ ਹੈ ਇਹ ਹੋ ਸਕਦਾ ਸੀ ਇਹ ਹੋ ਸਕਦਾ ਇਹਨੂੰ ਆਪਾਂ ਇਸ ਸਿੰਗਲ ਤੋਂ ਵੀ ਦੇਖ ਸਕਦੇ ਹਾਂ ਕਿ ਜੇਲ੍ਹ ਦੇ ਵਿੱਚ ਬੰਦ ਉਹਨਾਂ ਦੀ ਇਹ ਇੱਕ cry for help 시기 ਪਰ ਇਹਨੂੰ ਅਗਰ ਆਪਾਂ ਲਾਅ ਕਾਨੂੰਨ ਐਨਐਸਏ ਦੇ ਐਂਗਲ ਤੋਂ ਦੇਖੀਏ ਤਾਂ ਇਹ ਇੱਕ ਰੈਡੀਕਲਾਈਜੇਸ਼ਨ ਮਾਹੌਲ ਖਰਾਬ ਕਰਨ ਔਰ ਗੱਲ ਨੂੰ ਵੱਡੀ ਬਣਾਉਣ ਦੇ ਵਿੱਚ ਡੀਸਟੇਬਲਾਈਜ਼ ਕਰਨ ਦੇ ਵਿੱਚ ਕਿਸੇ ਵੀ ਐਂਗਲ ਦੇ ਵਿੱਚ ਇਹਨੂੰ ਦੇਖਿਆ ਜਾ ਸਕਦਾ ਔਰ ਮੇਬੀ ਇਸ ਚੀਜ਼ ਨੇ ਵੀ ਇੱਕ ਵੱਡਾ ਆਧਾਰ ਬਣ ਕੇ ਇੱਕ ਕਾਰਨ ਸਰਵ ਕੀਤਾ ਹੋਵੇ ਐਨਐਸਏ ਦੀ ਡਿਟੈਂਸ਼ਨ ਦਾ ਜੇਲ ਦੇ ਵਿੱਚੋਂ ਬਾਹਰ ਆਏ ਆਡੀਓ ਮੈਸੇजेस ਨੂੰ ਵੀ ਇਨਫਲੇਮੇਟਰੀ ਆਡੀਓਜ਼ ਦੇ ਨਾਮ ਤੋਂ ਹੀ ਆਧਾਰ ਬਣਾਇਆ ਗਿਆ ਐਂਡ ਮੋਰਓਵਰ ਜਿਹੜਾ ਫੈਮਲੀਆਂ ਨੂੰ ਧਰਨਾ ਲਾਉਣ ਦੇ ਲਈ ਅੱਗੇ ਗੱਲ ਕਹੀ ਗਈ ਹਾ ਔਰ ਇਹ ਧਰਨੇ ਲੱਗੇ ਵੀ ਨੇ ਬਾਅਦ ਵਿੱਚ ਇਹਨੂੰ ਵੀ ਇੱਕ ਪ੍ਰੋਵੋਕੇਸ਼ਨ ਦੀ ਸੈਂਸ ਦੇ ਵਿੱਚ ਲੈ ਕੇ ਐਨਐਸਏ ਦੇ ਆਧਾਰ ਨੂੰ ਅੱਗੇ ਵਧਾਉਣਾ ਇਹੀ ਇੱਕ ਰੀਜ਼ਨ ਜਿਹੜੇ ਨੇ ਆਪਣੇ ਸਾਹਮਣੇ ਆ ਰਹੇ ਨੇ ਇਸ ਤੋਂ ਇਲਾਵਾ ਆਲੇ-ਦੁਆਲੇ ਵਾਪਰ ਰਹੀਆਂ ਬਹੁਤ ਘਟਨਾਵਾਂ ਅਮਰਿਤਪਾਲ ਸਿੰਘ ਐਂਡ ਉਹਦੇ ਸਾਥੀਆਂ ਦੀ ਅਰੈਸਟ ਤੋਂ ਬਾਅਦ ਵਾਪਰੀਆਂ ਘਟਨਾਵਾਂ ਜੇ ਕਿਤੇ ਕੋਈ ਪ੍ਰੋਟੈਸਟ ਹੋਇਆ ਜਾਂ ਕਿਤੇ ਕੋਈ ਅੰਮ੍ਰਿਤਸਰ ਅੰਮ੍ਰਿਤਸਰ ਸਾਹਿਬ ਦੇ ਅਰਾਊਂਡ ਆਪਾਂ ਦੇਖਿਆ ਕਿ ਕੁਝ ਹੌਕਸ ਬੰਬ ਕਾਲਸ ਵੀ ਜਿਹੜੀਆਂ ਆਪਾਂ ਨੂੰ ਮਿਲੀਆਂ ਜਾਂ ਵਿਦੇਸ਼ਾਂ ਦੇ ਵਿੱਚ ਜੋ ਡੈਸਪੋਰਾ ਸਿੱਖ ਦੇ ਵਿੱਚ ਜਿਸ ਤਰ੍ਹਾਂ ਪ੍ਰੋਟੈਸਟ ਹੋਇਆ ਉਹਨਾਂ ਨੂੰ ਵੀ ਆਧਾਰ ਬਣਾ ਕੇ ਇਹ ਐਨਐਸਏ ਦੀ ਤਾਰ ਤਾਰਾ ਜਿਹੜੀਆਂ ਨੇ ਪਰ ਐਨਐਸਏ ਦੇ ਅੰਦਰ ਡਿਟੈਂਸ਼ਨ ਹੈਗੀ ਆ ਇਦੇ ਵਿੱਚ ਅੱਗੇ ਲਿਆਂਦਾ ਗਿਆ ਹੈ ਇਹ ਜੋ ਪੋਸੀਬਲ ਆਧਾਰ ਨੇ ਇਹ ਕਿੰਨੇ ਜਾਈਸ ਨੇ ਕਿੰਨੇ ਨਾਜਾਈਸ ਨੇ ਉਹਦੇ ਵਿੱਚ ਮੈਂ ਨਾ ਪੈ ਕੇ ਸਿਰਫ ਇਹ ਜਿਹੜੇ ਫੈਕਟਸ ਸਿਗੇ ਇਹ ਮੈਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦੀ ਸੀ ਕਿ ਦੀਜ਼ ਆਰ ਦਾ ਮੇਅਰ ਕਾਰਨ ਜਿਨ੍ਹਾਂ ਕਰਕੇ ਐਨਐਸਏ ਨੂੰ ਐਕਸਟੈਂਡ ਕਰਨ ਦਾ ਆਧਾਰ ਬਣਾਇਆ ਜਾਂਦਾ ਹੈਗਾ ਆ ਅਮਰਿਤਪਾਲ ਸਿੰਘ ਐਂਡ ਨਾਲ ਨੌ ਹੋਰ ਸਾਥੀਆਂ ਦੇ ਉੱਤੇ ਜਿਹੜਾ ਐਨਐਸਏ ਲੱਗਿਆ ਹੈ ਔਰ ਇਹਨੂੰ ਲਗਾਤਾਰ ਹੁਣ ਤੀਸਰੀ ਵਾਰੀ ਐਕਸਟੈਂਸ਼ਨ ਮਿਲੀ ਹੈ ਤੇ ਇਹਦਾ ਕੋਈ ਵੀ ਟ੍ਰਾਇਲ ਆਪਣੇ ਸਾਹਮਣੇ ਨਹੀਂ ਹੈ ਕਿਸੇ ਵੀ ਕੋਰਟ ਦੇ ਵਿੱਚ ਇਸ ਐਨਐਸਏ ਨੂੰ ਪਹਿਲੀ ਗੱਲ ਤਾਂ ਅਮਰਿਤਪਾਲ ਸਿੰਘ ਵੱਲੋਂ ਤਾਂ ਚੈਲੰਜ ਹੀ ਨਹੀਂ ਕੀਤਾ ਗਿਆ ਔਰ ਜਿਨ੍ਹਾਂ ਨੇ ਚੈਲੰਜ ਵੀ ਕੀਤਾ ਉਹਨਾਂ ਦਾ ਹਜੇ ਟ੍ਰਾਇਲ ਐਂਡ ਸਾਰਾ ਕੁਝ ਸਾਡੇ ਸਾਹਮਣੇ ਕਦੀ ਆਇਆ ਹੀ ਨਹੀਂ ਹੈ ਤੇ ਨਵੀਂ ਐਕਸਟੈਂਸ਼ਨ ਐਨਐਸਏ ਦੀ ਨਵੀਂ ਐਕਸਟੈਂਸ਼ਨ ਐਨਐਸਏ ਦੀ ਸਾਡੇ ਸਾਹਮਣੇ ਹੈਗੀ ਹੈ ਸੋ ਇਸ ਸਿਨੈਰੀਓ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਤਪਕੇ ਦਾ ਇਹ ਮੰਨਣਾ ਹੈ ਕਿ ਜਿਹੜਾ ਇਹ ਐਨਐਸਏ ਹੈ ਇਹ ਗਲਤ ਆਧਾਰ ਦੇ ਉੱਤੇ ਜਾਂ ਐਨਐਸਏ ਲਾਉਣ ਦਾ ਸਹੀ ਆਧਾਰ ਜਿਹੜਾ ਹੈ ਲੋਕਾਂ ਨੂੰ ਹਜੇ ਤੱਕ ਸਮਝ ਨਹੀਂ ਆ پا ਰਿਹਾ ਐਨਐਸਏ ਕਿਉਂ ਲਾਇਆ ਗਿਆ ਇਹਨੂੰ ਡੈਸੀਫਰ ਨਹੀਂ ਕਰ پا ਰਿਹਾ ਤੇ ਵੱਡੇ ਲੋਕਾਂ ਦਾ ਵੱਡੇ ਤੱਕੇ ਦਾ ਮੰਨਣਾ ਹੈ ਕਿ ਐਨਐਸਏ ਆਪਣੇ ਆਪ ਦੇ ਵਿੱਚ ਹੀ ਇੱਕ ਬੇਇਨਸਾਫੀ ਹੈ ਕਿਉਂ ਕਿਉਂਕਿ ਸਭ ਤੋਂ ਵੱਡੀ ਘਟਨਾ ਜਿਹਦੇ ਤੋਂ ਇਹ ਸਾਰੀ ਗੱਲਬਾਤ ਸ਼ੁਰੂ ਹੁੰਦੀ ਹੈ ਉਹ ਸੀ ਅਜਨਾਲਾ ਪੁਲਿਸ ਸਟੇਸ਼ਨ ਦੀ ਘਟਨਾ ਅਜਨਾਲਾ ਪੁਲਿਸ ਸਟੇਸ਼ਨ ਦੀ ਘਟਨਾ ਉਹਦੇ ਨਾਲ ਜੁੜੀ ਕਾਰਵਾਈ ਸਾਰਾ ਕੁਝ ਇਸ ਸਮੇਂ ਠੰਡੇ ਬਸਤੇ ਚ ਪਿਆ ਹੈ ਉਹਦੇ ਤੇ ਕੋਈ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਗਰੈਸ ਸਾਡੇ ਸਾਹਮਣੇ ਨਹੀਂ ਹੈਗੀ ਇਨਫੈਕਟ ਮੈਂ ਕਹਾਂਗੀ ਕਿ ਐਨਐਸਏ ਦੀ ਜਿਹੜੀ ਲਗਾਤਾਰ ਐਕਸਟੈਂਸ਼ਨਸ ਦਿੱਤੀਆਂ ਜਾ ਰਹੀਆਂ ਨੇ ਕੋਈ ਟ੍ਰਾਇਲ ਨਹੀਂ ਹੈ ਇਹਦੇ ਵਿੱਚ ਇਸ ਆਧਾਰ ਦੇ ਥੱਲੇ ਅਜਨਾਲਾ ਘਟਨਾ ਜੋ ਕਿ ਬਹੁਤ ਵੱਡੀ ਘਟਨਾ ਸੀ ਆਪਣੇ ਆਪ ਦੇ ਵਿੱਚ ਉਹਦੇ ਨਾਲ ਜੁੜੇ ਹੋਏ ਅਸਲੀ ਸਵਾਲ ਜਿਨ੍ਹਾਂ ਸਵਾਲਾਂ ਦੀ ਮੰਗ ਬਣਦੀ ਹੈ ਜਿਨ੍ਹਾਂ ਸਵਾਲਾਂ ਦੇ ਜਵਾਬ ਮੰਗਣੇ ਬਣਦੇ ਨੇ ਉਹ ਸਵਾਲ ਦਬੇ ਹੋਏ ਨੇ ਇਸ ਸਮੇਂ ਜਿਵੇਂ ਕਿ ਅਜਨਾਲਾ ਘਟਨਾ ਦੇ ਨਾਲ ਸਭ ਤੋਂ ਪਹਿਲਾਂ ਕਿ ਕੀ ਪੁਲਿਸ ਤਿਆਰ ਕਿਉਂ ਨਹੀਂ ਸੀ ਕੀ ਪੁਲਿਸ ਨੂੰ ਪਤਾ ਨਹੀਂ ਸੀ ਕਿ ਇਹੋ ਜਿਹੇ ਹਾਲਾਤ ਡਵੈਲਪ ਹੋ ਸਕਣਗੇ ਪੁਲਿਸ ਨੂੰ ਉਸ ਸਮੇਂ ਫੈਸਲਾ ਲੈਣ ਦੀ ਤਾਕਤ ਕਿਉਂ ਨਹੀਂ ਸੀ ਪੁਲਿਸ ਨੇ ਸਰੈਂਡਰ ਕਿਉਂ ਕੀਤਾ ਪੁਲਿਸ ਨੇ ਲਪਰੀ ਸਿੰਘ ਤੂਫਾਨ ਨੂੰ ਕਿਉਂ ਛੱਡਿਆ ਉਹ ਲਵਪ੍ਰੀਤ ਸਿੰਘ ਤੂਫਾਨ ਜਿਹੜੀ ਅੱਜ ਤੱਕ ਵੀ ਜਿਹਨੂੰ ਛਡਾਉਣ ਲਈ ਮੇਨ ਅਮਰਿਤਪਾਲ ਸਿੰਘ ਉੱਥੇ ਜਾਂਦੇ ਨੇ ਪੂਰੀ ਵਹੀਰ ਲੈ ਕੇ ਗੁਰੂਗ੍ਰੰਥ ਸਾਹਿਬ ਲੈ ਕੇ ਲੇਕਿਨ ਉਹ ਲਵਪ੍ਰੀਤ ਸਿੰਘ ਤੂਫਾਨ ਤੇ ਪੰਜਾਬ ਪੁਲਿਸ ਨੇ ਕਿਹੜੀ ਕਾਰਵਾਈ ਕੀਤੀ ਬਾਅਦ ਕਿੱਥੇ ਹੈ ਉਹ ਲਵਪ੍ਰੀਤ ਸਿੰਘ ਕੀ ਉਹ ਪੁਲਿਸ ਦੀ ਕਸਟਡੀ ਦੇ ਵਿੱਚ ਹੈ ਇਹਨਾਂ ਸਵਾਲਾਂ ਦੇ ਕਿਤੇ ਵੀ ਕੋਈ ਜਵਾਬ ਲੱਭਣੇ ਬਹੁਤ ਔਖੇ ਨੇ ਇਹ ਸਵਾਲਾਂ ਦੇ ਜਵਾਬ ਮਿਲਣੇ ਹਜੇ ਬਹੁਤ ਦੂਰ ਦੀ ਗੱਲ ਲੱਗਦੇ ਨੇ ਇਸ ਤੋਂ ਵੀ ਅੱਗੇ ਆ ਕੇ ਕਿ ਕੀ ਪੰਜਾਬ ਦੇ ਮੁੱਖ ਮੰਤਰੀ ਦਫਤਰ ਐਂਡ ਮੁੱਖ ਮੰਤਰੀ ਸਾਹਿਬ ਵੱਲੋਂ ਵੀ ਕਿਸੇ ਤਰ੍ਹਾਂ ਦਾ ਕੋਈ ਰੋਲ ਇਹਦੇ ਵਿੱਚ ਨਿਭਾਇਆ ਗਿਆ ਹੈ ਕਿ ਜਿਹੜਾ ਅਮਰਿਤਪਾਲ ਸਿੰਘ ਨੂੰ ਆਪਣੇ ਸਾਥੀ ਨੂੰ ਛਡਾ ਕੇ ਲਜਾਣ ਦੇ ਵਿੱਚ ਕਾਮਯਾਬ ਦਿਖਾਇਆ ਗਿਆ ਇੱਕ ਵਾਰੀ ਔਰ ਉਸ ਤੋਂ ਬਾਅਦ ਇੱਕ ਖਾਸ ਦਿਨ ਚੁਣਿਆ ਗਿਆ 18 ਮਈ ਜਿਸ ਦਿਨ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਸਾਥੀਆਂ ਦੇ ਉੱਤੇ ਕਾਰਕੁਨਾਂ ਦੇ ਉੱਤੇ ਇੱਕਦਮ ਪੁਲਿਸ ਦੀ ਪਕੜ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਇੰਟਰਨੈਟ ਬੰਦ ਕਰ ਦਿੱਤਾ ਜਾਂਦਾ ਹੈ ਤਾਰਾ ਮਈ ਦਾ ਦਿਨ ਹੀ ਬਾਅਦ ਵਿੱਚ ਜਾ ਕੇ ਕਿਉਂ ਚੁਣਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਐਡਾ ਵੱਡਾ ਡਰਾਮਾ ਅਰਾਊਂਡ ਅਰੈਸਟ ਕਈ ਤਰ੍ਹਾਂ ਦੀਆਂ ਤਸਵੀਰਾਂ ਅਮਰਿਤਪਾਲ ਸਿੰਘ ਪਪਲਪ੍ਰੀਤ ਦੀਆਂ ਕਦੀ ਕਿਸੇ ਬਾਰਡਰ ਤੋਂ ਕਦੀ ਕਿਸੇ ਰਿਕਸ਼ਾ ਰੇੜੀ ਦੇ ਉੱਤੇ ਨਜ਼ਰ ਆਉਂਦੀਆਂ ਨੇ ਉਹ ਤਸਵੀਰਾਂ ਕੀ ਸੱਚ ਸਨ ਕੀ ਉਹ ਤਸਵੀਰਾਂ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਫੋਟੋਸ਼ਾਪ ਕਰਕੇ ਕਿਸ ਤਰ੍ਹਾਂ ਬਣਾਈਆਂ ਗਈਆਂ ਸਨ ਇਹਦੇ ਵਿੱਚ ਵੀ ਅੱਧਾ ਪੰਜਾਬ ਜਿਹੜਾ ਅੱਜ ਕਨਫਿਊਜ਼ਡ ਹੈਗਾ ਇਹਨਾਂ ਸਵਾਲਾਂ ਦੇ ਜਵਾਬ ਨਹੀਂ ਆ ਪੁਲਿਸ ਨੇ ਪੁਲਿਸ ਨੇ ਇਹ ਜਿਹੜਾ ਆਪਰੇਸ਼ਨ ਸੀ ਐਨੇ ਮਾੜੇ ਢੰਗ ਦੇ ਨਾਲ ਕਿਉਂ ਕੀਤਾ ਕਿਹੜੇ ਆਫੀਸਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਕਿੰਨੇ ਆਫੀਸਰਾਂ ਨੂੰ ਡਿਊਟੀ ਤੋਂ ਲਾਂਬੇ ਕੀਤਾ ਗਿਆ ਇਹ ਸਾਰੇ ਦੇ ਸਵਾਲ ਇਸ ਤਰ੍ਹਾਂ ਦੇ ਦਰਜਨਾ ਹੋਰ ਸਵਾਲ ਨੇ ਅਚਨਾਲਾ ਘਟਨਾ ਨਾਲ ਜੁੜੇ ਐਜ਼ ਇਟ ਇਜ਼ ਹੀ ਐਨਐਸਏ ਦੀ ਜਿਹੜੀ ਲਗਾਤਾਰ ਐਕਸਟੈਂਸ਼ਨ ਦਿੱਤੀ ਜਾ ਰਹੀ ਹੈ ਉਹਦੀ ਪਰਛਾਵੇਂ ਹੇਠ ਦੱਬ ਕੇ ਅਸਲੀ ਘਟਨਾ ਉਹਦੀ ਜਾਂਚ ਪੜਤਾਲ ਉਹਦੇ ਨਾਲ ਜ਼ਿੰਮੇਵਾਰ ਲੋਕ ਸਾਰੇ ਇਸ ਸਮੇਂ ਬਚਦੇ ਹੋਈ ਹੀ ਆਪਾਂ ਨੂੰ ਨਜ਼ਰ ਆ ਰਹੇ ਨੇ ਬਟ ਦਾ ਰਿਐਲਿਟੀ ਇਜ਼ ਕਿ 2025 ਤੱਕ ਐਨਐਸਏ ਜਿਹੜਾ ਹੋਰ ਵਧਾ ਦਿੱਤਾ ਗਿਆ ਹੈ ਥੈਂਕ ਯੂ ਸੋ ਮੱਚ ਫॉर ਵਾਚਿੰਗ